ਕਨੈਕਟ ਐਫ ਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਧਾਵਾ ਅੱਜ ਦੀ ਇਹ ਗੱਲਬਾਤ ਇੱਕ ਬੜੇ ਪੋਜ਼ਿਟਿਵ ਨੋਟ ਤੋਂ ਸ਼ੁਰੂ ਕਰਦੇ ਆਂ ਇੱਕ ਚੰਗੀ ਗੱਲ ਤੋਂ ਸ਼ੁਰੂਆਤ ਕਰਦੇ ਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਹਰਿਆਣੇ ਦੇ ਵਿੱਚ ਹਿੰਸਾ ਹੁੰਦੀ ਆ ਔਰ ਖਾਸ ਤੌਰ ਤੇ ਕਮਿਊਨਲ ਵਾਇਲੈਂਸ ਹੋ ਜਾਂਦੀ ਆ ਭਾਈਚਾਰਿਆਂ ਦੇ ਵਿੱਚ ਆਪਸ ਦੇ ਵਿੱਚ ਤਣਾਅ ਪੈਦਾ ਹੋ ਜਾਂਦਾ ਉਦੋਂ ਚੰਗੀ ਗੱਲ ਜਿਹੜੀ ਉੱਭਰ ਕੇ ਇਹ ਆਉਂਦੀ ਆ ਕਿ ਹਰਿਆਣੇ ਦੇ ਲੋਕ ਹੀ ਹਰਿਆਣੇ ਦੇ ਕੁਝ ਭਾਈਚਾਰੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਆ ਕੇ ਮੁਸਲਿਮ ਭਾਈਚਾਰੇ ਦੇ ਖਿਲਾਫ ਖੜੇ ਹੋ ਜਾਓ ਜਾਂ ਸਾਡੇ ਨਾਲ ਇਕਜੁੱਟ ਹੋ ਕੇ ਇਹਨਾਂ ਦੇ ਖਿਲਾਫ ਲੜੋ ਤੇ ਉਹ ਨਾ ਕਰ ਦਿੰਦੇ ਨੇ ਚਾਹੇ ਹਰਿਆਣੇ ਦੀਆਂ ਖਾ ਪੰਚਾਇਤਾਂ ਹੋਣ ਚਾਹੇ ਉਥੋਂ ਦੀ जाट ਕਮਿਊਨਿਟੀ ਜਾਂ जाट ਭਾਈਚਾਰਾ ਹੋਵੇ ਰਾਜਪੂਤ ਭਾਈਚਾਰਾ ਜਾਂ ਗੁਜਰ ਭਾਈਚਾਰਾ ਸਾਰੇ ਹੀ ਮਨਾ ਕਰ ਦਿੰਦੇ ਨੇ ਔਰ ਇਹ ਇੱਕ ਬਹੁਤ ਚੰਗੇ ਸੰਕੇਤ ਨੇ ਕਿ ਜਦੋਂ ਕੁਝ ਪੋਲੀਟੀਕਲ ਪਾਰਟੀਆਂ ਉਹ ਚਾਹੁੰਦੀਆਂ ਨੇ ਸਾਨੂੰ ਆਪਸ ਦੇ ਵਿੱਚ ਲੜਾਉਣਾ ਤਾਂ ਕਿ ਉਹ ਆਪਣੀ ਸਿਆਸਤ ਦਾ ਲਾਹਾ ਲੈ ਸਕਣ ਤੇ ਉਸ ਵਕਤ ਜਦੋਂ ਭਾਈਚਾਰੇ ਉਹਨਾਂ ਦੀ ਇਸ ਸਿਆਸਤ ਦੇ ਖਿਲਾਫ ਇਸ ਤੋੜਨ ਵਾਲੀ ਰਾਜਨੀਤੀ ਦੇ ਖਿਲਾਫ ਖੜੇ ਹੋ ਜਾਂਦੇ ਨੇ ਤੇ ਫਿਰ ਵਾਕਿਆ ਚੰਗਾ ਲੱਗਦਾ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਦੇ ਕੁਝ ਸਬਕ ਜ਼ਰੂਰ ਸਿੱਖਿਆ ਤੁਸੀਂ ਦੇਖੋ जाट ਭਾਈਚਾਰੇ ਨੇ ਇਸ ਤੋਂ ਪਹਿਲਾਂ ਅੰਦੋਲਨ ਹੋਇਆ ਸੀ ਕਿੰਨਾ ਖੂਨ ਖਰਾਬਾ ਹੋਇਆ ਸੀ ਜੋ ਕੁਝ ਉਸ ਵੇਲੇ ਹਰਿਆਣਾ ਦੇ ਵਿੱਚ ਹੋਇਆ ਕੀ ਕੋਈ ਉਸ ਨੂੰ ਭੁੱਲ ਸਕਦਾ ਸੋ ਇਸ ਕਰਕੇ ਇਹ ਚੰਗੀ ਗੱਲ ਆ ਪਰ ਮੈਨੂੰ ਇੱਕ ਇੱਕ ਇਹ ਵੀ ਗੱਲ ਲੱਗਦੀ ਆ ਕਿ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਕਿਸਾਨੀ ਅੰਦੋਲਨ ਦਾ ਬਹੁਤ ਯੋਗਦਾਨ ਆ ਉਹਦੀ ਬੜੀ ਦੇਣ ਆ ਕਿਉਂਕਿ ਜੋ ਭਾਈਚਾਰਾ ਉਹਨਾਂ ਦਿਨਾਂ ਦੇ ਵਿੱਚ ਵੀ ਪੈਦਾ ਹੋਇਆ ਆਪਸ ਦੇ ਵਿੱਚ ਪ੍ਰੇਮ ਪੈਦਾ ਹੋਇਆ ਆਪਸ ਦੇ ਵਿੱਚ ਸਹਿਯੋਗ ਪੈਦਾ ਹੋਇਆ ਆਪਸ ਦੇ ਵਿੱਚ ਭਾਈਚਾਰਾ ਪੈਦਾ ਹੋਇਆ ਚਾਹੇ ਉਹ ਹਰਿਆਣਾ ਤੋਂ ਸੀ ਚਾਹੇ ਉਹ ਪੰਜਾਬ ਦੇ ਕਿਸਾਨ ਸੀ Rajasthan ਦੇ ਸੀ ਉੱਤਰ ਪ੍ਰਦੇਸ਼ ਦੇ ਸੀ ਉੱਤਰਾਖੰਡ ਦੇ ਸੀ ਇੱਥੋਂ ਤੱਕ ਕਿ ਮਹਾਰਾਸ਼ਟਰ ਤਾਮਿਲਨਾਡੂ ਤੋਂ ਵੀ ਜਿਹੜੇ ਕਿਸਾਨ ਆਏ ਸੀ ਕਿਸ ਤਰ੍ਹਾਂ ਲਗਾਤਾਰ ਉਤਰਨਿਆਂ ਤੇ ਬੈਠੇ ਰਹੇ ਤੇ ਬਾਅਦ ਵਿੱਚ ਜਿੱਤ ਵੀ ਪ੍ਰਾਪਤ ਕੀਤੀ ਪਰ ਇਸ ਦੌਰਾਨ ਆਪਸੀ ਭਾਈਚਾਰਾ ਬਹੁਤ ਮਜ਼ਬੂਤ ਹੋਇਆ ਔਰ ਇਸ ਭਾਈਚਾਰੇ ਨੇ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਨੂੰ ਕਿਉਂਕਿ ਜਿਹੜੀ ਹਮੇਸ਼ਾ ਇਹ ਜਿਹੜੀਆਂ ਪਾਰਟੀਆਂ ਇਹ ਸੋਚਦੀਆਂ ਨੇ ਕਿ ਇਹਨਾਂ ਨੂੰ ਤੋੜ ਕੇ ਇਹਨਾਂ ਨੂੰ ਵੰਡ ਕੇ ਆਪਣੀ ਸਿਆਸਤ ਸਾਦੇ ਜਾ ਸਕਦੀ ਆ ਉਹਨਾਂ ਲਈ ਇੱਕ ਤਰ੍ਹਾਂ ਦੀ ਇਹ ਖਤਰੇ ਦੀ ਘੰਟੀ ਸੀ ਉਹਨਾਂ ਲਈ ਇਹ ਕੋਈ ਬਹੁਤ ਵਧੀਆ ਨਜ਼ਾਰਾ ਨਹੀਂ ਸੀ ਸੋ ਚੰਗੀ ਗੱਲ ਆ ਇਸੇ ਕਰਕੇ ਮੈਨੂੰ ਲੱਗਦਾ ਸੀ ਕਿ ਇਹ ਗੱਲ ਤੁਹਾਡੇ ਤੱਕ ਜ਼ਰੂਰ ਪਹੁੰਚਾਈ ਜਾਵੇ ਔਰ ਇਸ ਤੋਂ ਸਾਨੂੰ ਸਾਰਿਆਂ ਨੂੰ ਸਬਕ ਲੈਣ ਦੀ ਲੋੜ ਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਦਾ ਮਾਹੌਲ ਗਰਮ ਹੋਣ ਜਾ ਰਿਹਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਔਰ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਸਾਨੂੰ ਆਪਸ ਦੇ ਵਿੱਚ ਪਾੜ ਸਕਦੀਆਂ ਨੇ ਵੰਡ ਸਕਦੀਆਂ ਨੇ ਤਾਂ ਕਿ ਉਹ ਆਪਣਾ ਸਿਆਸੀ ਲਾਹਾ ਲੈ ਸਕਣ ਇਸ ਤੋਂ ਬਾਅਦ ਅਸੀਂ ਇਹ ਵੀ ਗੱਲ ਕਰਾਂਗੇ ਮੈਂ ਜਦੋਂ ਅਕਸਰ ਅੱਜਕੱਲ੍ਹ ਸੜਕਾਂ ਤੋਂ ਲੰਘਦਾ ਤੇ ਆਸੇ ਪਾਸੇ ਤਿਰੰਗੇ ਝੰਡੇ ਲੈ ਕੇ ਬੈਠੇ ਹੁੰਦੇ ਨੇ ਤਾਂ ਕਿ ਅਸੀਂ ਉਹ ਤਿਰੰਗੇ ਝੰਡੇ ਆਪਣੀ ਗੱਡੀਆਂ ਤੇ ਆਪਣੇ ਘਰਾਂ ਤੇ ਲਾ ਸਕੀਏ ਪਿਛਲੇ ਦਿਨਾਂ ਦੇ ਵਿੱਚ ਬਲਕਿ ਭਾਰਤ ਸਰਕਾਰ ਨੇ ਇੱਕ ਮੁਹਿੰਮ ਵੀ ਚਲਾਈ ਸੀ ਘਰ ਘਰ ਤਿਰੰਗਾ ਔਰ ਇਸ ਚੀਜ਼ ਨੂੰ ਲੈ ਕੇ ਹੁਣ ਦੋ ਦਿਨਾਂ ਬਾਅਦ ਹੀ ਤੁਹਾਨੂੰ ਪਤਾ ਹੀ ਹੈ 76ਵਾਂ ਆਜ਼ਾਦੀ ਦਾ ਦਿਨ ਜਿਹੜਾ ਉਹ ਭਾਰਤ ਮਨਾਉਣ ਜਾ ਰਿਹਾ 1947 ਤੋਂ ਬਾਅਦ ਤੇ ਇਸ ਦੌਰਾਨ ਹੋ ਸਕਦਾ ਬਹੁਤ ਸਾਰੇ ਲੋਕ ਇਹ ਤਿਰੰਗਾ ਝੰਡਾ ਜ਼ਰੂਰ ਖਰੀਦਣ ਜਾਂ ਆਪਣੇ ਘਰ ਤੇ ਆਪਣੀ ਗੱਡੀ ਤੇ ਜਾਂ ਕਿਸੇ ਵੀ ਸਥਾਨ ਤੇ ਉਹ ਲਾਉਣ ਪਰ ਨਾਲ ਦੀ ਨਾਲ ਮੈਨੂੰ ਰਾਸ਼ਟਰੀ ਸੇਵਕ ਸੰਗ ਆਰਐਸਐਸ ਦੀ ਵੀ ਉਹ ਗੱਲ ਯਾਦ ਆਉਂਦੀ ਆ ਕਿਉਂਕਿ ਅਕਸਰ ਆਰਐਸਐਸ ਬਾਰੇ ਤਿਰੰਗੇ ਨੂੰ ਲੈ ਕੇ ਬਹੁਤ ਵਿਵਾਦ ਆ ਔਰ ਆਪਾਂ ਨੂੰ ਇਹ ਵੀ ਪਤਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਆਪਣੀ ਜਿਹੜੀ ਸੇਧ ਆ ਜਾਂ ਆਪਣੀ ਵਿਚਾਰਧਾਰਾ ਉਹ ਆਰਐਸਐਸ ਤੋਂ ਲੈਂਦੀ ਆ ਕਿਉਂਕਿ ਆਰਐਸਐਸ ਦਾ ਇਹ ਇੱਕ ਪੋਲੀਟੀਕਲ ਵੇਂਗਾ ਪਰ RSS ਨੇ ਇਹ ਵੀ ਤੁਹਾਨੂੰ ਪਤਾ ਹੋਣਾ ਔਰ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਕਿ ਲਗਭਗ 52 ਸਾਲ ਇਹਨਾਂ ਨੇ ਨਾਗਪੁਰ ਦੇ ਆਪਣੇ ਹੈੱਡਕੁਆਟਰ ਤੇ ਇਹ ਤਿਰੰਗਾ ਨਹੀਂ ਫੈਰਾਇਆ ਇਸੇ ਕਰਕੇ ਇਹ ਇੱਕ ਵਿਵਾਦ ਵੀ ਪੈਦਾ ਹੋਇਆ 1947 ਦੇ ਵਿੱਚ ਚਾਹੇ ਉਹ 15 ਅਗਸਤ ਸੀ 26 ਜਨਵਰੀ ਸੀ ਜਦੋਂ ਸਾਡਾ ਗਣਤੰਤਰ ਦਿਵਸ ਹੁੰਦਾ ਜਿਹਨੂੰ ਅਸੀਂ ਰਿਪਬਲਿਕ ਡੇ ਵੀ ਕਹਿੰਦੇ ਆ ਉਦੋਂ ਜ਼ਰੂਰ ਫੈਰਾਇਆ ਗਿਆ ਲੇਕਿਨ ਉਸ ਤੋਂ ਬਾਅਦ RSS ਨੇ ਝੰਡਾ ਫਰੌਣਾ ਜਾਂ ਚੰਡਾ ਲਹਿਰਾਉਣਾ ਬਿਲਕੁਲ ਬੰਦ ਕਰਤਾ ਤੇ ਉਸ ਤੋਂ ਬਾਅਦ ਜਾ ਕੇ ਇਹਦੀ ਸ਼ੁਰੂਆਤ ਸਨ 2002 ਦੇ ਵਿੱਚ ਹੁੰਦੀ ਹੈ ਲੇਕਿਨ ਐਨ ਉਸ ਤੋਂ ਪਹਿਲਾਂ ਸਨ 2001 ਦੀ ਇੱਕ ਬਹੁਤ ਦਿਲਚਸਪ ਘਟਨਾ ਮੈਂ ਤੁਹਾਨੂੰ ਸੁਣਾਉਣਾ ਹੋਇਆ ਦਰਅਸਲ ਇਹ ਕਿ ਸਨ 2001 ਦੇ ਵਿੱਚ ਤਿੰਨ ਨੌਜਵਾਨ ਸਨ 2001 ਦੀ ਗੱਲ ਆ ਤੇ ਤਿੰਨ ਜਿਹੜੇ ਨੌਜਵਾਨ ਸੀ ਰਾਸ਼ਟਰ ਪ੍ਰੇਮੀ ਯੁਵਾ ਦਲ ਇੱਕ ਉਹਨਾਂ ਨੇ ਆਪਣਾ ਕੋਈ ਦਲ ਬਣਾਇਆ ਸੀ ਉੱਥੋਂ ਦਾ ਨਾਗਪੁਰ ਦੇ ਵਿੱਚ ਇਹਨਾਂ ਨੇ ਇੱਕ ਵਿਉਂਤ ਬਣਾਈ ਕਿ ਇਹ ਜਿਹੜਾ ਆਰਐਸਐਸ ਆ ਆਪਣੇ ਹੈੱਡਕੁਆਰਟਰ ਦੇ ਵਿੱਚ ਖਾਸ ਤੌਰ ਤੇ ਜਿਹੜਾ ਇਹਨਾਂ ਦਾ ਹੈੱਡਕੁਆਰ ਭਵਨ ਆ ਰੇਸ਼ਮ ਬਾਗ ਦੇ ਵਿੱਚ ਉੱਥੇ ਝੰਡਾ ਨਹੀਂ ਫਰਾਉਂਦੇ ਝੰਡਾ ਨਹੀਂ ਭਾਰਤ ਦਾ ਲਹਿਰਾਉਂਦੇ ਤੇ 26 ਜਨਵਰੀ ਸਨ 2001 ਨੂੰ ਇਹ ਇੱਕ ਵਿਉਂਤ ਬਣਾ ਕੇ ਇਹ ਤਿੰਨੇ ਜਾਣੇ ਉਸ ਹੈੱਡਕੁਆਰਟਰ ਵੱਲ RSS ਦੇ ਹੈੱਡਕੁਆਟਰ ਵੱਲ ਤੁਰ ਪੈਂਦੇ ਆ ਅੰਦਰ ਜਾਂਦੇ ਨੇ ਤੇ ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਰਨ ਕੀ ਆਏ ਹੋ ਇਹ ਤਿੰਨੇ ਵੈਸੇ ਮੈਂ ਇਹ ਤਿੰਨਾਂ ਦਾ ਨਾਮ ਵੀ ਤੁਹਾਨੂੰ ਦੱਸਦਾ ਬਾਬਾ ਮਹਿੰਦੇ ਇਸੇ ਤਰ੍ਹਾਂ ਰਮੇਸ਼ ਕਲੰਬੇ ਤੇ ਇਸੇ ਤਰ੍ਹਾਂ ਦਲੀਪ ਚਟਵਾਨੀ ਇਹ ਤਿੰਨ ਨਾਮ ਨੇ ਤੇ ਵੈਸੇ ਇਹ ਕੇਸ ਨੰਬਰ ਇਹਨੂੰ 176 ਵੀ ਕਹਿੰਦੇ ਆ ਤੇ ਜਦੋਂ ਇਹ ਅੰਦਰ ਜਾਂਦੇ ਤੇ ਇਹਨਾਂ ਨੂੰ ਪੁੱਛਦੇ ਨੇ ਇਹ ਕਹਿੰਦੇ ਅਸੀਂ ਹੈੱਡਗਵਾਰ ਨੂੰ ਇਹ RSS ਦੇ ਮੁੱਢਲੇ ਸਥਾਪਕ ਨੇ ਇਹ ਕਹਿੰਦੇ ਜੀ ਅਸੀਂ ਕੇਸ਼ਵ ਬਲੀਰਾਮ ਹੈਡਗੁਆਰ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਨੀ ਆ ਅੰਦਰ ਜਾਂਦੇ ਨੇ ਤੇ ਅੰਦਰ ਜਾ ਕੇ ਇਹ ਆਪਣਾ ਤਿਰੰਗਾ ਝੰਡਾ ਖੋਲ ਲੈਂਦੇ ਨੇ ਤੇ ਖੋਲ ਕੇ ਨਾਲ ਇਹ ਇੱਕ ਡੰਡਾ ਵੀ ਲੈ ਕੇ ਆਏ ਹੁੰਦੇ ਆ ਜਿਸ ਤੇ ਚੜਾਉਂਦੇ ਆ ਤੇ ਉਸ ਤੋਂ ਬਾਅਦ ਦੇਸ਼ ਭਗਤੀ ਦੇ ਗਾਣੇ ਗਾ ਕੇ ਤੇ ਉਹ ਝੰਡਾ ਲਹਿਰਾਉਣ ਲੱਗ ਜਾਂਦੇ ਆ RSS ਦੇ ਜਿਹੜੇ ਉੱਥੇ ਵਰਕਰ ਹੁੰਦੇ ਆ ਉਹ ਦੇਖ ਕੇ ਬੜੇ ਹੈਰਾਨ ਹੋ ਜਾਂਦੇ ਆ ਕਿ ਸਾਡੇ ਹੈੱਡਕੁਆਰਟਰ ਦੇ ਵਿੱਚ ਤਿਰੰਗਾ ਝੰਡਾ ਇੱਕੋ ਦਮ ਉਹਨਾਂ ਨੂੰ ਭਾਜੜ ਪੈ ਜਾਂਦੀ ਆ ਇਹਨਾਂ ਨੂੰ ਫੜਦੇ ਨੇ ਇਹਨਾਂ ਨੂੰ ਇੱਕ ਤਰ੍ਹਾਂ ਜੱਫਾ ਮਾਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਇਹ ਨਾ ਕਰਨ ਔਰ ਉਸੇ ਵਕਤ ਇਹੀ ਆਰਐਸਐਸ ਦੇ ਕੁਝ ਵਰਕਰ ਜਿਹੜੇ ਆ ਉਹ ਪੁਲਿਸ ਨੂੰ ਵੀ ਬੁਲਾ ਲੈਂਦੇ ਆ ਵੈਸੇ ਉਹਨਾਂ ਦੇ ਉੱਥੇ ਉਸ ਵਕਤ ਇੱਕ ਪ੍ਰਚਾਰਕ ਆ ਉਹਨਾਂ ਦੇ ਮੈਨੇਜਰ ਹੁੰਦੇ ਆ ਜਿਨ੍ਹਾਂ ਦਾ ਨਾਮ ਆ ਸੁਨੀਲ ਕਾਠਲੇ ਸੁਨੀਲ ਕਾਠਲੇ ਵੀ ਉੱਥੇ ਹੁੰਦੇ ਆ ਉਹ ਵੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਆਖਰਕਾਰ ਉਥੇ ਦੇ ਇੱਕ ਨੇੜੇ ਦੇ ਪੁਲਿਸ ਸਟੇਸ਼ਨ ਤੋਂ ਪੁਲਿਸ ਆਉਂਦੀ ਆ ਤੇ ਇਹਨਾਂ ਤਿੰਨਾਂ ਨੂੰ ਵੀ ਫੜ ਕੇ ਲੈ ਜਾਂਦੇ ਆ ਜਿਹੜੇ ਤਿੰਨ ਆਏ ਹੁੰਦੇ ਆ ਤੇ ਨਾਲ ਹੀ ਜਿਹੜਾ ਇਹ ਸਮਾਨ ਲੈ ਕੇ ਆਏ ਹੁੰਦੇ ਆ ਤਿਰੰਗਾ ਝੰਡਾ ਨਾਲ ਉਹਦੇ ਵਿੱਚ ਡੰਡਾ ਇਹ ਸਾਰਾ ਕੁਝ ਪੁਲਿਸ ਸਟੇਸ਼ਨ ਲੈ ਜਾ ਕੇ ਤੇ ਇਹਨਾਂ ਤੇ ਇੱਕ ਕੇਸ ਦਰਜ ਕਰ ਦਿੱਤਾ ਜਾਂਦਾ ਹੁਣ ਤੁਸੀਂ ਕਦੇ ਸੋਚ ਸਕਦੇ ਹੋ ਕਿ ਸਨ 2001 ਦੇ ਵਿੱਚ ਤਿਰੰਗਾ ਝੰਡਾ ਫਰਾਉਣ ਤੇ ਕੋਈ ਕੇਸ ਦਰਜ ਹੋ ਜਾਏ ਪਰ ਇਹ ਹੋਇਆ ਉਸ ਤੋਂ ਬਾਅਦ ਤੁਸੀਂ ਦੇਖੋ ਇੱਕ ਕੇਸ ਚੱਲਿਆ ਔਰ ਇਹ ਕੇਸ RSS ਨੇ ਇਹਨਾਂ ਦੇ ਖਿਲਾਫ ਕੀਤਾ ਕਿ ਦੇਖੋ ਜੀ ਇਹਨਾਂ ਦਾ ਦੋਸ਼ ਇਹ ਆ ਕਿ ਇਹਨਾਂ ਨੇ ਤਿਰੰਗਾ ਝੰਡਾ ਫੜਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਤੁਸੀਂ ਦੇਖੋ 13 ਸਾਲ ਇਹ ਕੇਸ ਚੱਲਦਾ 13 ਸਾਲ ਕੇਸ ਚੱਲਦਾ ਔਰ ਸਨ 2013 ਦੇ ਵਿੱਚ ਸਨ 2013 ਦੇ ਵਿੱਚ ਫਾਈਨਲੀ ਕੋਰਟ ਇਹਨਾਂ ਤਿੰਨਾਂ ਨੂੰ ਬਰੀ ਕਰ ਦਿੰਦਾ ਔਰ ਬਰੀ ਕਰਨ ਤੋਂ ਬਾਅਦ ਇੱਕ ਸ਼ਰਤ ਹੋਰ ਕਹਿੰਦਾ ਕਿ ਜਿਹੜੇ ਇਹਨਾਂ ਨੇ ਬੌਂਡ ਭਰੇ ਨੇ ਇਹਨਾਂ ਨੇ ਕੋਈ ਸ਼ਿਉਰਟੀ ਭਰੀ ਆ ਆਪਣੀ ਰਿਹਾਈ ਦੇ ਲਈ ਜ਼ਮਾਨਤ ਦੇ ਲਈ ਉਹ ਵੀ ਇਹਨਾਂ ਨੂੰ ਵਾਪਸ ਕਰ ਦਿੱਤੀ ਜਾਵੇ ਤੇ ਇੱਕ ਜਿਹੜਾ ਉਹ ਡੰਡਾ ਸੀ ਜਿਹਦੇ ਵਿੱਚ ਝੰਡਾ ਲਾਇਆ ਸੀ ਜਿਸ ਉੱਤੇ ਉਹ ਵੀ ਕਹਿੰਦੇ ਕਿਉਂਕਿ ਇਹ ਕੋਈ ਖਾਸ ਹੈ ਨਹੀਂ ਚੀਜ਼ ਤੇ ਇਸ ਕਰਕੇ ਇਹਨੂੰ ਨਸ਼ਟ ਕਰ ਦਿੱਤਾ ਜਾਵੇ ਚੌਥੀ ਬੜੀ ਅਹਿਮ ਗੱਲ ਉਹ ਕਹਿੰਦੇ ਆ ਕਿ ਜਿਹੜਾ ਝੰਡਾ ਇਹਨੂੰ ਰਿਸਪੈਕਟਫੁਲੀ ਤੁਸੀਂ ਕਲੈਕਟਰ ਜਿਹੜਾ ਉੱਥੋਂ ਦਾ ਸੀਨੀਅਰ ਅਫਸਰ ਆ ਕਲੈਕਟਰ ਉਹਦੇ ਦਫ਼ਤਰ ਦੇ ਵਿੱਚ ਇਹਨੂੰ ਪਹੁੰਚਾ ਦਿੱਤਾ ਜਾਵੇ ਤਾਂ ਕਿ ਜਿਹੜੀ ਇਹਦੀ ਮਾਨ ਮਰਿਆਦਾ ਝੰਡੇ ਦੀ ਉਸੇ ਤਰ੍ਹਾਂ ਬਣੀ ਰਹੇ ਹੁੰਦਾ ਕੀ ਆ ਕਿ ਇਸ ਦੇ ਬਾਵਜੂਦ ਵੀ ਇਹ ਜਿਹੜਾ ਪੁਲਿਸ ਥਾਣਾ ਇਹ ਝੰਡੇ ਨੂੰ ਕਲੈਕਟਰ ਆਫਿਸ ਦੇ ਵਿੱਚ ਜਾਂ ਉਸ ਦਾ ਦਫ਼ਤਰ ਦੇ ਵਿੱਚ ਪਹੁੰਚਾਉਂਦਾ ਨਹੀਂ ਆ ਤੇ ਸਨ 2020 ਦੇ ਵਿੱਚ ਇੱਕ ਆਰਟੀਆਈ ਐਕਟਿਵਿਸਟ ਹੁੰਦੇ ਨੇ ਜਿਨ੍ਹਾਂ ਦਾ ਨਾਮ ਮਨੀਸ਼ ਜਬਲਪੁਰੇ ਇਹ ਵੀ ਨਾਗਪੁਰ ਦੇ ਰਹਿਣ ਵਾਲੇ ਆ ਮਨੀਸ਼ ਜਬਲਪੁਰੇ ਇਹਨਾਂ ਨੂੰ ਉਹ ਘਟਨਾ ਯਾਦ ਹੁੰਦੀ ਆ ਤੇ ਇਹ ਫਿਰ ਉੱਥੇ ਇੱਕ ਐਪਲੀਕੇਸ਼ਨ ਲਾਉਂਦੇ ਨੇ ਆਰਟੀਆਈ ਦੀ ਉਸ ਕੋਤਵਾਲੀ ਦੇ ਵਿੱਚ ਵੀ ਲਾਉਂਦੇ ਆ ਯਾਨੀ ਕਿ ਜਿੱਥੋਂ ਦਾ ਥਾਣਾ ਤੇ ਉੱਥੋਂ ਦੇ ਕੋਰਟ ਦੇ ਵਿੱਚ ਕਹਿੰਦੇ ਇਹ ਦੱਸੋ ਕਿ ਸਨ 2001 ਦੇ ਵਿੱਚ ਜਿਹੜਾ ਤੁਸੀਂ ਝੰਡਾ ਫੜਿਆ ਸੀ ਕੀ ਤੁਸੀਂ ਉਹ ਵਾਪਸ ਭੇਜਤਾ ਜਿਸ ਤਰ੍ਹਾਂ ਕਿ ਉਹਨੂੰ ਮਾਨ ਮਰਿਆਦਾ ਦੇ ਨਾਲ ਪੂਰੇ ਸਨਮਾਨ ਦੇ ਨਾਲ ਭੇਜਣਾ ਹੁੰਦਾ ਉਸ ਤੋਂ ਬਾਅਦ ਉਹਨਾਂ ਨੂੰ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਉਸ ਥਾਣੇ ਨੇ ਝੰਡਾ ਆਪਣੇ ਕੋਲ ਹੀ ਰੱਖਿਆ ਹੋਇਆ ਆਪਣੀ ਪੋゼਸ਼ਨ ਦੇ ਵਿੱਚ ਹੀ ਰੱਖਿਆ ਹੋਇਆ ਤੇ ਉਹਨਾਂ ਨੇ ਉਦੋਂ ਤੱਕ ਭੇਜਿਆ ਨਹੀਂ ਸੀ ਤੇ ਫਿਰ ਸਨ 2020 ਦੇ ਵਿੱਚ ਜਾ ਕੇ ਇਹੀ ਥਾਣਾ ਇਹੀ ਇਥੋਂ ਦੇ ਅਫਸਰ ਅਧਿਕਾਰੀ ਇਸ ਝੰਡੇ ਨੂੰ ਪੂਰੇ ਮਾਨ ਮਰਿਆਦਾ ਦੇ ਨਾਲ ਵਾਪਸ ਕਲੈਕਟਰ ਆਫਿਸ ਦੇ ਵਿੱਚ ਭੇਜਦੇ ਆ ਯਾਨੀ ਕਿ ਜੇ ਟੋਟਲ ਲਾ ਲਓ ਤਾਂ ਲਗਭਗ 20 ਸਾਲ ਇਹ ਇੱਕ ਝੰਡਾ ਤਿਰੰਗਾ ਜਿਹਦੀ ਅਸੀਂ ਬੜੀ ਮਾਣ ਮਰਿਆਦਾ ਕਰਦੇ ਆ ਬੜਾ ਸਨਮਾਨ ਕਰਦੇ ਆ ਔਰ ਜਿਹੜਾ ਵੈਸੇ ਵੀ ਕਿਸੇ ਵੀ ਮੁਲਕ ਦਾ ਇੱਕ ਸਨਮਾਨ ਹੁੰਦਾ ਜਦੋਂ ਇੱਕ ਥਾਣੇ 'ਚ ਪਿਆ ਰਵੇ ਔਰ ਇਸ ਕਰਕੇ ਪਿਆ ਰਵੇ ਕਿ ਉਸ ਨੂੰ ਫੇਰੋਂਣ ਦੀ ਕੋਸ਼ਿਸ਼ ਕੀਤੀ ਔਰ ਆਰਐਸਐਸ ਦੇ ਹੈੱਡਕੁਆਰਟਰ ਦੇ ਵਿੱਚ ਫੇਰੋਂਣ ਦੀ ਕੋਸ਼ਿਸ਼ ਕੀਤੀ ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਆਰਐਸਐਸ ਤੇ ਜਿਹੜੇ ਸਵਾਲ ਖੜੇ ਹੁੰਦੇ ਆ ਉਹ ਕਿਉਂ ਨਾ ਹੋਣ ਅਗਲੀ ਗੱਲ ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਹੋਈ ਲੋਕ ਸਭਾ ਦੇ ਵਿੱਚ ਕੁਝ ਰਿਪੋਰਟਸ ਪੇਸ਼ ਹੋਈਆਂ ਉਹਨਾਂ ਬਾਰੇ ਵੀ ਮੈਂ ਤੁਹਾਨੂੰ ਜ਼ਰੂਰ ਦੱਸਦਾ ਦਰਅਸਲ ਇੱਕ ਪੰਜਾਬ ਨੂੰ ਲੈ ਕੇ ਜਿਹੜੀ ਰਿਪੋਰਟ ਉੱਥੇ ਪੇਸ਼ ਕੀਤੀ ਗਈ ਆ ਉੱਥੇ ਟੇਬਲ ਕੀਤੀ ਗਈ ਆ ਲੋਕ ਸਭਾ ਦੇ ਵਿੱਚ ਉਹ ਵਾਕਿਆ ਬਹੁਤ ਦਰਦ ਪੈਦਾ ਕਰਦੀ ਆ ਇਸ ਕਰਕੇ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਅੱਜ ਵੀ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਸਾਡੇ ਇੱਕ ਕਿਸਾਨ ਤੇ ਜਿਹਨੇ ਕਰਜ਼ਾ ਲਿਆ ਹੋਇਆ ਜੇ ਤੁਸੀਂ ਔਸਤ ਕੱਢੋ ਤਾਂ ਇਕੱਲਾ-ਇਕੱਲਾ ਕਿਸਾਨ 295000 ਦਾ ਕਰਜ਼ਾਈ ਆ। ਔਰ ਇਹ ਉਹ ਕਰਜ਼ਾ ਜਿਹੜਾ ਉਸਨੇ ਕਮਰਸ਼ੀਅਲ ਬੈਂਕਾਂ ਤੋਂ ਲਿੱਤਾ ਹੋਇਆ ਪਿੰਡੂ ਦੇ ਜਿਹੜੇ ਵਿਕਾਸ ਬੈਂਕ ਨੇ ਜਿਹਨੂੰ ਅਸੀਂ ਰੂਰਲ ਬੈਂਕਸ ਕਹਿੰਦੇ ਆ ਉਸ ਤੋਂ ਲਿੱਤਾ ਹੋਇਆ ਜਾਂ ਕੋਆਪਰੇਟਿਵ ਬੈਂਕਸ ਤੋਂ ਲਿੱਤਾ ਹੋਇਆ ਯਾਨੀ ਕਿ ਇੰਸਟੀਚੂਨਲ ਕਰਜ਼ਾ ਹੈ। ਇਸ ਵਕਤ 2492663 ਕਿਸਾਨ ਪੰਜਾਬ ਦੇ ਉਹ ਕਰਜ਼ਾਈ ਨੇ ਤੇ ਉਹਨਾਂ ਉੱਤੇ ਤੁਸੀਂ ਕਹਿ ਸਕਦੇ ਹੋ ਕਿ 73673 ਤੇ 62 ਕਰੋੜ ਦਾ ਸਾਰਾ ਕਰਜ਼ਾ ਲਾ ਲਓ ਜਿਹੜੇ ਪ੍ਰਾਈਵੇਟ ਕਰਜ਼ੇ ਵੀ ਨੇ ਜਾਂ ਜਿਹੜੇ ਉਹਨਾਂ ਨੇ ਇਧਰੋਂ ਇਧਰ ਲਿੱਤੇ ਆ ਤੇ ਕੋਈ ਲਗਭਗ 1 ਲੱਖ ਕਰੋੜ ਦਾ ਕਰਜ਼ਾ ਹੋਏਗਾ ਤੇ ਦੂਸਰੇ ਨੰਬਰ ਤੇ ਆਉਂਦਾ ਗੁਜਰਾਤ ਉੱਥੇ ਹਰ ਕਿਸਾਨ ਤੇ ਗੁਜਰਾਤ ਦੇ ਵਿੱਚ 2 ਲੱਖ ਤੇ 28000 ਦਾ ਕਰਜ਼ਾ ਤੀਸਰੇ ਤੇ ਆਉਂਦਾ ਸਾਡਾ ਗਵਾਂਧੀ ਸੂਬਾ ਹਰਿਆਣਾ ਜਿੱਥੇ 211000 ਦਾ ਕਰਜ਼ਾ ਹਰੇਕ ਕਿਸਾਨ ਤੇ ਤੇ ਆਂਧਰਾ ਪ੍ਰਦੇਸ਼ ਜਿਹੜਾ ਸਾਊਥ ਦਾ ਇੱਕ ਸੂਬਾ ਉੱਥੇ ਕਿਸਾਨ ਦੇ ਉੱਤੇ 1 ਲੱਖ ਤੇ 72000 ਦਾ ਕਰਜ਼ਾ ਇਹ ਸਾਰੇ ਦੇ ਸਾਰੇ ਅੰਕੜੇ ਆ ਜਿਹੜੇ ਉਹ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਜਿਹੜੀ ਡਿਵੈਲਪਮੈਂਟ ਆ ਰੂਰਲ ਡਿਵੈਲਪਮੈਂਟ ਆ ਜਿਹਨੂੰ ਅਸੀਂ ਨਬਾਰਡ ਵੀ ਕਹਿ ਦਿੰਦੇ ਆ ਇਹ ਉਸ ਦੇ ਅੰਕੜੇ ਨੇ ਤੇ ਉਹ ਅੰਕੜੇ ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਦੇ ਵਿੱਚ ਪੇਸ਼ ਕੀਤੇ ਗਏ ਇੱਕ ਅੰਕੜਾ ਹੋਰ ਹੈਰਾਨ ਕਰਕੇ ਰੱਖ ਦੇਣ ਵਾਲਾ ਉਹ ਵੀ ਲੋਕ ਸਭਾ ਦੇ ਵਿੱਚ ਰਿਪੋਰਟ ਆਈ ਜਿਹੜੀ ਭਾਰਤ ਸਰਕਾਰ ਨੇ ਇੱਕ ਸਕੀਮ ਚਲਾਈ ਹੋਈ ਆ ਭਾਰਤ ਸਰਕਾਰ ਦੀ ਤੁਸੀਂ ਸਕੀਮ ਉਹ ਜ਼ਰੂਰ ਸੁਣੀ ਹੋਈ ਆ ਵੈਸੇ ਤਾਂ ਉਹਨੂੰ ਨੈਸ਼ਨਲ ਹੈਲਥ ਇੰਸ਼ੋਰੈਂਸ ਸਕੀਮ ਕਿਆ ਪਰ ਇਹ ਰਿਪੋਰਟ ਪੇਸ਼ ਕੀਤੀ ਗਈ CAG ਵੱਲੋਂ ਕੰਟਰੋਲਰ ਆਡੀਟਰ ਜਨਰਲ ਆਫ ਇੰਡੀਆ CAG ਦੀ ਇਹ ਰਿਪੋਰਟ ਆ ਔਰ ਹਰਾਮ ਕਰਨ ਵਾਲੇ ਅੰਕੜੇ ਇਸ ਕਰਕੇ ਨੇ ਕਿਉਂਕਿ 7 ਲੱਖ 49 ਹਜ਼ਾਰ ਤੁਸੀਂ 7.5 ਲੱਖ ਕਹਿ ਸਕਦੇ ਹੋ ਐਨੇ ਵਿਅਕਤੀ ਇੱਕ ਫੋਨ ਨੰਬਰ ਦੇ ਨਾਲ ਹੀ ਇਸ ਸਕੀਮ ਦੀ ਜਿਹੜਾ ਲਾਭ ਸੀ ਉਹ ਪ੍ਰਾਪਤ ਕਰ ਰਹੇ ਸੀ ਇਸ ਸਕੀਮ ਦਾ ਫਾਇਦਾ ਚੱਕ ਰਹੇ ਸੀ ਸਾਢੇ ਔਰ ਇੱਕ ਨੰਬਰ ਦਿੱਤਾ ਸੀ ਉਹ ਵੀ ਫਰਜ਼ੀ ਸੀ ਸਾਰੇ ਦਸੇ ਤੇ ਦਸੇ ਮੋਬਾਈਲ ਨੰਬਰ ਦੇ ਨਾਹੀਂ 9999 ਕਰਕੇ ਇਹਨਾਂ ਨੇ ਇਹ ਨੰਬਰ ਦਿੱਤਾ ਸੀ ਔਰ 7.5 ਲੱਖ ਕੇਵਲ ਤੇ ਕੇਵਲ ਇੱਕ ਮੋਬਾਈਲ ਫੋਨ ਦੇ ਨਾਲ ਰਜਿਸਟਰ ਸੀ ਇਸੇ ਤਰ੍ਹਾਂ ਇੱਕ ਹੋਰ ਨੰਬਰ 1 ਲੱਖ ਤੇ 40 ਹਜ਼ਾਰ ਉਹਨਾਂ ਨੇ ਆਪਣਾ ਨੰਬਰ ਕੀ ਦਿੱਤਾ ਸੀ ਸਾਰੇ 8 ਦੇ 10 ਦੇ 10 ਹਿੰਸੇ 8 ਦੇ ਤੇ 96040 ਹੋਰ ਇੱਕ ਅੰਕੜਾ ਆ ਇਹਦੇ ਵਿੱਚ ਉਹਨਾਂ ਨੇ ਨਾ ਲਾ ਕੇ ਤੇ ਬਾਕੀ ਸਿਫਰਾਂ ਲਾਈਆਂ ਸੀ ਇਹ ਸੀ ਇਹ ਸਾਰੇ ਦੇ ਸਾਰੇ ਫਰਜ਼ੀ ਨੰਬਰ ਆ ਤੇ ਇਹ ਸਾਰੇ ਦੇ ਸਾਰੇ ਆਯੂਸ਼ਮਾਨ ਭਾਰਤ ਜਿਹਨੂੰ ਅਸੀਂ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਕਹਿ ਦਿੰਦੇ ਆ ਜਾਂ ਨੈਸ਼ਨਲ ਹੈਲਥ ਇੰਸ਼ੋਰੈਂਸ ਸਕੀਮ ਕਹਿ ਦਿੰਦੇ ਆ ਉਹ ਇਹਦਾ ਫਾਇਦਾ ਉਠਾ ਰਹੇ ਸੀ ਇੱਕ ਅੰਕੜਾ ਇਸ ਕੈਗ ਨੇ ਹੋਰ ਦਿੱਤਾ ਉਹ ਕਹਿੰਦੇ ਜਿਹੜਾ 43000 ਤੇ 197 ਪਰਿਵਾਰ ਜਿਨ੍ਹਾਂ ਨੇ ਆਪਣਾ ਦੱਸਿਆ ਜਿਹੜੇ ਇਸ ਸਕੀਮ ਦੇ ਨਾਲ ਜੁੜੇ ਹੋਏ ਆ ਉਹਨਾਂ ਨੇ ਜਿਹੜੇ ਆਪਣੇ ਘਰ ਦੇ ਮੈਂਬਰ ਲਖਾਏ ਆ 11 ਤੋਂ ਲੈ ਕੇ 201 ਮੈਂਬਰ ਕੀ ਤੁਸੀਂ ਇਸ ਗੱਲ ਦਾ ਯਕੀਨ ਕਰ ਸਕਦੇ ਹੋ 200 ਤੋਂ ਵੀ ਵੱਧ ਮੈਂਬਰ ਹੋਣ ਇਸੇ ਤਰ੍ਹਾਂ ਇੱਕ ਚੀਜ਼ ਉਹਨਾਂ ਨੇ ਹੋਰ ਦੱਸੀ ਕਿ 88760 ਵਿਅਕਤੀ ਜਿਨ੍ਹਾਂ ਨੇ ਇਹ ਸਕੀਮ ਲਈ ਤੇ ਇਸ ਇਲਾਜ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਮੌਤ ਹੋ ਗਈ ਆ ਉਹ ਉਹਨਾਂ ਨੇ ਬਾਅਦ ਦੇ ਵਿੱਚ ਆ ਕੇ 214223 ਇਨੇ ਕਰੋੜ ਦਾ ਜਾ ਕੇ ਫਿਰ ਉਹਨਾਂ ਨੇ ਫਾਇਦਾ ਲਿਆ ਜਾਂ ਇਸ ਸਕੀਮ ਦਾ ਫਾਇਦਾ ਲਿਆ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਹੁਤ ਸਾਰੇ ਮਰੇ ਹੋਏ ਵਿਅਕਤੀ ਜਾਂ ਜਿਹੜੇ ਕਹੇ ਸੀ ਇਸ ਦੁਨੀਆ ਤੇ ਹੈ ਨਹੀਂ ਸੀ ਉਹਨਾਂ ਦਾ ਵੀ ਮੁਆਵਜ਼ਾ ਲਈ ਗਏ ਉਹਨਾਂ ਦਾ ਵੀ ਫਾਇਦਾ ਲਈ ਗਏ ਸੋ 28 ਲਗਭਗ ਜਿਹੜੇ ਸੀ ਸਟੇਟਸ ਉਹਨਾਂ ਦੇ ਵਿੱਚ ਇਹ ਸਾਰਾ ਕੈਗ ਨੇ ਅੰਕੜਾ ਇਕੱਠਾ ਕੀਤਾ 161 ਜ਼ਿਲ੍ਹੇ ਸੀ ਤੇ 964 ਹਸਪਤਾਲ ਸੀ ਉਥੋਂ ਇਹ ਅੰਕੜਾ ਇਕੱਠੇ ਕਰਕੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਸ ਸਕੀਮ ਦੇ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਵੈਸੇ ਇਹ ਸਕੀਮ ਸਨ 2018 ਤੋਂ ਲੈ ਕੇ ਸਨ 2021 ਤੱਕ ਦਾ ਇਹ ਸਾਰਾ ਲੇਖਾ ਜੋਖਾ ਸੀ ਜੋ ਕੈਗ ਨੇ ਆਪਣੀ ਰਿਪੋਰਟ ਦੇ ਵਿੱਚ ਪੇਸ਼ ਕੀਤਾ ਤੁਸੀਂ ਦੇਖ ਰਹੇ ਸੀ ਇੱਕ ਨੱਚੀ ਸ਼ਾ ਮੈਂ ਮਨਪ੍ਰੀਤ ਰੰਧਾਵਾ